ਬੋਲਦਾ ਹੈ ਨਾਂ ਦੀ ਇੱਕ ਮੁਹਿੰਮ ਅਸੀਂ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਅਸੀਂ ਪੰਜਾਬ ਦੇ ਮਸਲੇ ਜਿਹੜੇ, ਪੰਜਾਬ ਚੀਕ ਚੀਕ ਕੇ ਬੋਲ ਰਿਹਾ ਕਿ ਮੇਰੇ ਧੀਆਂ ਪੁੱਤ ਜਿਹੜੇ ਨੇ ਉਹ ਟੀਕਿਆਂ ਨਾਲ ਵਿੰਨੇ ਪਏ ਨੇ, ਮੇਰਾ ਅੰਨਦਾਤਾ ਜਿਹੜਾ ਉਹ ਖੁਦਕੁਸ਼ੀਆਂ ਕਰ ਰਿਹਾ, ਮਾਫੀਏ ਦਾ ਰਾਜ ਹੈ, ਇੱਥੇ ਵਪਾਰੀ ਜਿਹੜਾ ਉਹ ਇੱਥੋਂ ਭੱਜ ਰਿਹਾ, ਆਪਣੀਆਂ ਫੈਕਟਰੀਆਂ ਬਾਹਰ ਲੈ ਕੇ ਜਾ ਰਿਹਾ, ਇੱਥੇ ਬੇਰੁਜ਼ਗਾਰੀ ਜਿਹੜੀ ਹੈ ਜਾਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉਹ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਨੂੰ ਭੱਜ ਰਹੇ ਨੇ। ਸੋ ਪੰਜਾਬ ਬੋਲਦਾ ਹੈ ਨਾ ਮੁਹਿੰਮ ਦੇ ਤਹਿਤ ਅੱਜ ਜਲਾਲਾਬਾਦ ਸੀ, ਪਰਸੋਂ ਨੂੰ ਖਰੜ ਹੈ। ਸੋ ਸਾਰੇ ਪੰਜਾਬ ਦੇ ਵਿੱਚ ਚਾਹਵਾਂਗੇ, ਸੋ ਇਸ ਸਿਲਸਿਲੇ 'ਚ ਅੱਜ ਅਸੀਂ ਜਲਾਲਾਬਾਦ ਆਏ ਸੀ। ਜਿੰਨੀ ਚੋਣ ਵੀ ਆ ਰਹੀ ਹੈ ਤਾਂ ਉਹ ਵੀ ਲੜਾਂਗੇ ਅਸੀਂ। ਪਹਿਲਾਂ ਵੀ ਲੋਕਾਂ ਨੇ ਪਿਛਲੀ ਵਾਰ 2017 'ਚ 57,000 ਦੇ ਨੇੜਤੜੇ ਵੋਟਾਂ ਪਾ ਕੇ ਆਪਣਾ ਪਿਆਰ ਦਿਖਾਇਆ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਸਵਾਰਥ ਤੋਂ। ਤੋ ਇੱਥੋਂ ਇਹ ਸਿੱਧ ਹੁੰਦਾ ਕਿ ਇਹ ਜਲਾਲਾਬਾਦ ਦੇ ਲੋਕ ਜਿਹੜੇ ਨੇ ਉਹ ਇਹਨਾਂ ਤੋਂ ਦੁਖੀ ਨੇ, ਇਹਨਾਂ ਦੀ ਜਿਹੜੀ 5 ਸਾਲ ਤੂੰ 5 ਸਾਲ ਮੈਂ ਵਾਲੀ ਜਿਹੜੀ ਪੋਲੀਟਿਕਸ ਆ ਉਹ ਤੋਂ ਦੁਖੀ ਨੇ। ਸੋ ਜਿਮਨੀ ਚੋਣ ਦੀ ਵੀ ਤਿਆਰੀ ਹੈ ਜੀ, ਉਹਦੇ ਵਾਸਤੇ ਵੀ ਹਮੇਸ਼ਾ ਜਿਹੜਾ ਉਮੀਦਵਾਰ ਹੈ ਕੋਈ ਵੀ ਪਾਰਟੀ ਹੋਵੇ ਉਹ ਬਾਹਰੋਂ ਹੀ ਜ਼ਿਆਦਾਤਰ ਹੁੰਦਾ ਹੈ। ਇਸ ਵਾਰੀ ਤੁਸੀਂ ਕੀ ਕਹਿੰਦੇ ਹੋ ਆਮ ਆਦਮੀ? ਨਹੀਂ, ਇਹਦੇ ਬਾਰੇ ਕੋਰ ਕਮੇਟੀ ਦੇ ਵਿੱਚ ਫੈਸਲਾ ਹੋਊਗਾ, ਮੈਂ ਇਹਦੇ ਵਿੱਚ ਹੁਣ ਨਹੀਂ ਦੱਸ ਸਕਦਾ, ਸਮੇਂ ਤੋਂ ਪਹਿਲਾਂ ਦੀ ਗੱਲ ਹੋਊਗੀ, ਅਜੇ ਤਾਂ ਨੋਟੀਫਿਕੇਸ਼ਨ ਵੀ ਨਹੀਂ ਜਾਰੀ ਹੋਇਆ। ਸੋ ਕੋਰ ਕਮੇਟੀ ਦੇ ਵਿੱਚ ਮੀਟਿੰਗ ਹੋਊਗੀ ਔਰ ਜਿਹੜੇ ਜਿਹੜੇ ਵੀ ਸਾਡੇ ਅਹੁਦੇਦਾਰ ਮਿਹਨਤ ਜਿਨ੍ਹਾਂ ਨੇ ਕੀਤੀ ਹੈ ਲੋਕਲ ਇੱਥੇ ਵੀ ਸਾਰੇ ਨਾਮ ਵਿਚਾਰੇ ਜਾਣਗੇ ਅਤੇ ਉਸ ਤੋਂ ਬਾਅਦ ਫੈਸਲਾ ਹੋਊਗਾ। ਮਾਮਲਾ ਵਿੱਚ ਜਿਹੜਾ ਮਤਲਬ ਕਿ ਬੈਨ ਸਾਹਿਬ 'ਤੇ ਪਰਚਾ ਹੋਇਆ ਜੀ, ਹਾਂਜੀ, ਉਹਦੇ ਬਾਰੇ ਤੁਹਾਡਾ ਕੀ? ਦੇਖੋ, ਜਿਹੜੇ ਪਬਲਿਕ ਫਿਗਰ 'ਚ ਜਿਹੜੇ ਪਬਲਿਕ ਡੋਮੇਨ 'ਚ ਲੋਕ ਨੇ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਠਰਮਾ ਇਸ ਗੱਲੋਂ ਚਾਹੀਦਾ ਕਿ ਦੇਖੋ ਭਾਵੇਂ IAS ਅਫਸਰ ਹੈ, IPS ਹੈ, ਸਾਡਾ ਰੋਜ਼ ਅਫਸਰਾਂ ਨਾਲ ਵਾਹ ਪੈਂਦਾ, ਬਹੁਤ ਵਾਰੀ ਸਾਨੂੰ ਵੀ ਉਹਨਾਂ ਨੂੰ ਜਿਹੜਾ ਆਰਡਰ ਦੇਣੇ ਪੈਂਦੇ ਜਾਂ ਉਹ ਸਾਡੀ ਗੱਲ ਨਹੀਂ ਮੰਨਦੇ ਤਾਂ ਸਾਨੂੰ ਇਤਰਾਜ਼ ਕਰਦੇ ਹਾਂ, ਪਰ ਉਹਦੇ ਵਿੱਚ ਭਾਸ਼ਾ ਜਿਹੜੀ ਹੈ ਉਹ ਅਨਪਾਰਲੀਮੈਂਟਰੀ ਨਹੀਂ ਹੋਣੀ ਚਾਹੀਦੀ। ਉਹਦੇ ਵਿੱਚ ਜਿਹੜੀ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਾਂ ਉਹਦੇ 'ਤੇ ਸੰਯਮ ਅਤੇ ਉੱਤੇ ਕੰਟਰੋਲ ਚਾਹੀਦਾ ਜੀ। ਸਰ, ਅਮਨ ਅਰੋੜੇ ਦੇ ਆਰੋਪ ਲਗਾਏ ਗਏ ਨੇ ਖਹਿਰਾ ਗਰੁੱਪ ਦੇ ਨਾਲ ਜੁੜਿਆ ਹੋਇਆ? ਨਹੀਂ ਨਹੀਂ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜੀ, ਤਾਂ ਮੀਡੀਆ ਦੇ ਕਿਸੇ ਗਰੁੱਪ ਦੀ ਬਣਾਈ ਹੋਈ ਉਹ ਹੈ। ਸਾਡੇ ਟੀਮ ਦੇ ਬੜੇ ਵਧੀਆ ਅਤੇ ਵਫਾਦਾਰ ਮੈਂਬਰ ਨੇ ਔਰ ਜਿੱਥੇ ਵੀ ਉਹਨਾਂ ਦੀ ਡਿਊਟੀ ਲੱਗੀ ਹੈ, ਭਾਵੇਂ ਬਿਜਲੀ ਦੇ ਨਾਲ ਸੰਬੰਧਿਤ, ਭਾਵੇਂ ਉਦੋਂ ਪਹਿਲਾਂ ਇੰਡਸਟਰੀ ਦੇ ਉਹ ਰਹੇ ਸੀਗੇ ਵਿੰਗ ਦੇ ਚੇਅਰਮੈਨ ਜਾਂ ਵਾਈਸ ਪ੍ਰੈਜ਼ੀਡੈਂਟ ਰਹੇ, ਜਿੱਥੇ ਜਿੱਥੇ ਵੀ ਡਿਊਟੀ ਲੱਗੀ ਹੈ ਬਾਖੂਬੀ ਨਿਭਾ ਰਹੇ ਨੇ ਉਹ। ਖਹਿਰਾ ਸਾਹਿਬ ਉਹਨਾਂ ਦਾ ਪੂਰਾ ਸਾਥ ਦੇ ਰਹੇ ਨੇ? ਹਾਂਜੀ, ਖਹਿਰਾ ਸਾਹਿਬ ਰੈਸ ਬ੍ਰਦਰ ਦਾ ਪੂਰਾ ਸਾਥ ਦੇ ਰਹੇ ਨੇ। ਤਾਂ ਫਿਰ ਦੇਣਗੇ ਜਾਂ ਆਪਸ ਜਦੋਂ ਇਕੱਠੇ ਹੋ ਕੇ ਲੜੇ ਸੀਗੇ ਜਮਾਨਤਾਂ ਜ਼ਬਤ ਇਕੱਠਿਆਂ ਨੇ ਕਰਾਈਆਂ ਨੇ ਤਾਂ ਸਾਰੇ ਕੰਮ ਇਕੱਠੇ ਕਰਨਗੇ ਹੁਣ? ਬਿਲਕੁਲ ਸਹੀ ਹੋਇਆ ਜਾਂ ਗਲਤ ਹੋਇਆ? ਨਹੀਂ ਜੀ, ਇਹ ਤਾਂ ਹੁਣ ਕਾਨੂੰਨ ਦੱਸੂਗਾ ਜੀ, ਕਾਨੂੰਨ ਦੇ ਮੁਤਾਬਕ ਪਰਚਾ ਹੋਇਆ ਜੀ, ਇਹ ਤਾਂ ਹੁਣ ਕੋਰਟ ਫੈਸਲਾ ਕਰੂਗੀ, ਇਹਦੇ ਵਿੱਚ ਤਾਂ ਅਸੀਂ ਕੁਛ ਕਰ ਨਹੀਂ ਸਕਦੇ। ਹਾਂ, ਪਰ ਇੰਨਾ ਕਿਹਾ ਵੀ ਇਹ ਪਹਿਲੀ ਘਟਨਾ ਨਹੀਂ ਹੈਗੀ, ਬਹੁਤ ਵਾਰੀ ਇੱਦਾਂ ਹੋਇਆ ਕਿ ਬੈਂਸ ਸਾਹਿਬ ਜਿਹੜੇ ਨੇ ਤਲਖੀ 'ਚ ਆ ਜਾਂਦੇ ਨੇ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ ਡਿਪਟੀ ਕਮਿਸ਼ਨਰ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਜਿਹੜਾ ਇਹ ਇਸ ਤਰ੍ਹਾਂ ਨਾ ਬੋਲੋ ਮੈਨੂੰ। ਨਾਵਾਂ ਤਾਂ ਹੋਰ ਵੀ ਹੋਈਆਂ, ਕਈ ਹੋਰ ਵੀ ਜਿਹੜੇ ਲੀਡਰ ਹੈ ਜਿਹੜੇ MLA ਉਹਨਾਂ ਨੇ ਬਸ। ਹਾਂ, ਮੈਂ ਤਾਂ ਦੇਖੋ ਇਹ ਨਹੀਂ ਹੋਣਾ ਚਾਹੀਦਾ ਕਿ ਕਾਨੂੰਨ ਮੰਤਰੀ ਵਾਸਤੇ ਹੋ ਰਿਹਾ, ਸੰਤਰੀ ਵਾਸਤੇ ਹੋ ਰਿਹਾ। ਇੱਥੋਂ ਘੁਬਾਏ ਦਾ ਬੇਟਾ ਜਿਹੜਾ ਉਹ SHO ਨੂੰ ਕਿਵੇਂ ਕਹਿ ਰਿਹਾ ਤੇਰਾ ਬਿਸਤਰਾ ਗੋਲ ਕਰਾ ਦੂੰਗਾ ਮੈਂ। ਆਸ਼ੂਤੋਸ਼ ਜਿਹੜਾ ਉਹ DSP ਨੂੰ ਕਹਿ ਰਿਹਾ ਸੀ ਕਿ ਤੇਰੀ ਹਿੰਮਤ ਚੁਰਤ ਕਿਵੇਂ ਹੋਈ। ਹਰ ਰੋਜ਼ ਸੁਖਬੀਰ ਬਾਦਲ ਕਹਿੰਦਾ ਮੈਂ ਅਸੀਂ ਲਾਲ ਡੈਰੀ ਲਾ ਲਈ, ਅਸੀਂ ਪੀਲੀ ਡੈਰੀ ਲਾ ਲਈ, ਅਸੀਂ ਆਹ ਕਰ ਦਿਆਂਗੇ IG ਨੂੰ, ਆਹ ਕਰ ਦਿਆਂਗੇ ਅਸੀਂ ਉਹਨਾਂ ਨੂੰ ਗੋੜਨੀਆਂ ਲਵਾ ਦਿਆਂਗੇ ਜਾਂ ਇਹਨਾਂ ਨੂੰ ਦੇਖਾਂਗੇ। ਸੋ ਇਸ ਤਰ੍ਹਾਂ ਦੀ ਭਾਸ਼ਾ 'ਤੇ ਜਾਂ ਤਾਂ ਕੰਟਰੋਲ ਕਰੋ ਜਾਂ ਫਿਰ ਸਾਰੇ 'ਤੇ ਪਰਚਾ ਦਰਜ ਕਰੋ।